ਦੇ ਆਪਕ ਸਾਥਿਓ ਤੇ ਪਿਆਰੇ ਬੱਚਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਕਰਾਂਗੇ 1 ਫਰਵਰੀ ਦੀ ਮਾਰਨਿੰਗ ਸਲਾਈਡ ਪਿੱਛੇ ਜੇਕਰ ਤੁਸੀਂ ਕਿਸੇ ਵੀ ਦਿਨ ਦੀ ਜਾਂ ਕਿਸੇ ਡੇਟ ਦੀ ਕੋਈ ਮਾਰਨਿੰਗ ਸਲਾਈਡ ਨਹੀਂ ਦੇਖੀ ਤਾਂ ਸਾਰੀਆਂ ਵੀਡੀਓ ਆਪਣੇ ਚੈਨਲ ਤੇ ਅਪਲੋਡ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਹੁਣ ਆਪਾਂ ਕਰਾਂਗੇ 1 ਫਰਵਰੀ ਦੀ ਮਾਰਨਿੰਗ ਸਲਾਈਡ ਅੱਜ ਦਾ ਦਿਨ ਵੀਰਵਾਰ ਅੱਜ ਦੀ ਮਿਤੀ 1 ਫਰਵਰੀ 2024 ਅੱਜ ਦਾ ਵਿਚਾਰ ਪਿਆਰੇ ਬੱਚਿਓ ਅੱਜ ਦਾ ਵਿਚਾਰ ਹੈ ਸਮੱਸਿਆਵਾਂ ਰੁਕਣ ਦੇ ਸੰਕੇਤ ਨਹੀਂ ਹਨ ਸਗੋਂ ਅੱਗੇ ਵਧਣ ਦੇ ਦਿਸ਼ਾ ਨਿਰਦੇਸ਼ ਹਨ ਤਾਂ ਪਿਆਰੇ ਬੱਚਿਓ ਜਦੋਂ ਵੀ ਕਿਸੇ ਕੰਮ ਦੇ ਵਿੱਚ ਤੁਹਾਨੂੰ ਸਮੱਸਿਆ ਆ ਰਹੀ ਹੈ ਤਾਂ ਉਹ ਸਮੱਸਿਆ ਦੇਖ ਕੇ ਤੁਸੀਂ ਰੁਕਣਾ ਨਹੀਂ ਹੈ ਉਸ ਤੋਂ ਬਾਅਦ ਉਹ ਕੰਮ ਨੂੰ ਛੱਡਣਾ ਨਹੀਂ ਹੈ ਬਲਕਿ ਉਹ ਸਮੱਸਿਆ ਦਾ ਆਪਾਂ ਹੱਲ ਲੱਭ ਕੇ ਅੱਗੇ ਵਧਣਾ ਹੈ ਜਿਵੇਂ ਜਿਵੇਂ ਤੁਸੀਂ ਸਮੱਸਿਆ ਦੇ ਕੋਈ ਨਾ ਕੋਈ ਹੱਲ ਲੱਭਦੇ ਜਾਓਗੇ ਉਹ ਤੁਹਾਡਾ ਐਕਸਪੀਰੀਅੰਸ ਹੁੰਦਾ ਜਾਏਗਾ ਤੇ ਤੁਹਾਨੂੰ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦਾ ਜਿਹੜਾ ਮੌਕਾ ਮਿਲਦਾ ਰਹੇਗਾ ਜਿਵੇਂ ਕਲਾਸ ਦੇ ਵਿੱਚ ਤੁਸੀਂ ਕੋਈ ਨਾ ਕੋਈ ਕੁਐਸਚਨ ਜੇ ਤੁਹਾਨੂੰ ਨਹੀਂ ਆਉਂਦਾ ਉਹ ਤੁਹਾਡੇ ਲਈ ਇੱਕ ਸਮੱਸਿਆ ਬਣ ਜਾਂਦਾ ਹੈ ਫਿਰ ਜਦੋਂ ਤੁਸੀਂ ਉਸ ਕੁਐਸਚਨ ਨੂੰ ਇੱਕ ਟੀਚਰ ਤੋਂ ਜਾਂ ਆਪਣੇ ਸਾਥੀ ਤੋਂ ਸਿੱਖ ਲੈਂਦੇ ਹੋ ਸਿੱਖਣ ਤੋਂ ਬਾਅਦ ਉਹ ਤੁਹਾਡਾ ਹੱਲ ਹੋ ਜਾਂਦਾ ਤੇ ਫਿਰ ਉਦਾਂ ਦੇ ਕੁਐਸਚਨ ਤੁਹਾਨੂੰ ਬੜੇ ਸੌਖੇ ਲੱਗਣ ਲੱਗ ਜਾਂਦੇ ਤੇ ਤੁਸੀਂ ਅੱਗੇ-ਅੱਗੇ ਵਧਦੇ ਜਾਂਦੇ ਹੋ ਤੇ ਜਿਹੜੇ ਬੱਚੇ ਉਸ ਕੁਐਸਚਨ ਤੋਂ ਡਰ ਕੇ ਉਸ ਚੀਜ਼ ਨੂੰ ਕਰਨਾ ਛੱਡ ਦਿੰਦੇ ਆ ਉਹ ਉੱਥੇ ਦੇ ਉੱਥੇ ਰੁਕੇ ਰਹਿ ਜਾਂਦੇ ਆ ਇਸ ਤਰ੍ਹਾਂ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਉਹ ਕਿਤੇ ਵੀ ਰੁਕਣ ਦਾ ਸੰਕੇਤ ਨਹੀਂ ਹੁੰਦੀਆਂ ਬਲਕਿ ਅੱਗੇ ਵਧਣ ਦੇ ਜਿਹੜੇ ਉਹ ਦਿਸ਼ਾ ਨਿਰਦੇਸ਼ ਹੁੰਦੇ ਹਨ ਅੱਗੇ ਆਪਾਂ ਗੱਲ ਕਰਾਂਗੇ ਅੱਜ ਦੇ ਪ੍ਰਸ਼ਨ ਅੱਜ ਦਾ ਪਹਿਲਾ ਪ੍ਰਸ਼ਨ ਹੈ ਭਾਰਤ ਕਿਸ ਮਹਾਦੀਪ ਵਿੱਚ ਸਥਿਤ ਹੈ ਤਾਂ ਪਿਆਰੇ ਬੱਚੋ ਭਾਰਤ ਜਿਹੜਾ ਉਹ ਏਸ਼ੀਆ ਮਹਾਦੀਪ ਦੇ ਵਿੱਚ ਸਥਿਤ ਹੈ ਤੇ ਏਸ਼ੀਆ ਜਿਹੜਾ ਸਭ ਤੋਂ ਵੱਡਾ ਮਹਾਦੀਪ ਹੈ ਦੂਸਰਾ ਕੁਐਸਚਨ 올림픽 ਖੇਡਾਂ ਕਿੰਨੇ ਸਾਲ ਬਾਅਦ ਹੁੰਦੀਆਂ ਹਨ ਤਾਂ ਪਿਆਰੇ ਬੱਚੋ ਜਿਹੜੀਆਂ 올림픽 ਖੇਡਾਂ ਇਹ 4 ਸਾਲ ਬਾਅਦ ਹੁੰਦੀਆਂ ਇਹ ਜਿਹੜੀ ਵਾਤਾਵਰਨ ਦੀ ਬੁੱਕ ਦੇ ਵਿੱਚ ਚੌਥੀ ਕਲਾਸ ਤੇ ਪੰਜਵੀਂ ਕਲਾਸ ਦੇ ਵਿੱਚ ਚੰਗੀ ਤਰ੍ਹਾਂ ਪੜਾਇਆ ਗਿਆ ਹੈ ਖੇਡਾਂ ਦੇ ਬਾਰੇ ਪਲੇਅਰ ਜਿਹੜੇ ਖੇਡ 올림픽 ਵਿੱਚ ਖੇਡ ਚੁੱਕੇ ਹਨ ਉਹਨਾਂ ਦੇ ਬਾਰੇ ਤੀਜਾ ਕੁਐਸਚਨ ਲਾਜ਼ਮੀ ਟ੍ਰੈਫਿਕ ਚਿੰਨ ਕਿਸ ਰੂਪ ਵਿੱਚ ਬਣੇ ਹੁੰਦੇ ਹਨ ਤਾਂ ਪਿਆਰੇ ਬੱਚੋ ਲਾਜ਼ਮੀ ਜਿਹੜੇ ਟ੍ਰੈਫਿਕ ਚਿੰਨ ਹੁੰਦੇ ਆ ਉਹ ਗੋਲ ਚੱਕਰ ਦੇ ਵਿੱਚ ਬਣੇ ਹੁੰਦੇ ਆ ਕਈ ਵਾਰ ਤੁਸੀਂ ਸਕੂਲਾਂ ਦੇ ਬਾਹਰ ਵੀ ਦੇਖਿਆ ਹੋਣਾ ਸਕੂਲ ਤੋਂ ਥੋੜੀ ਦਿਰ ਗੋਲ ਚੱਕਰ ਬਣਿਆ ਹੁੰਦਾ ਇੱਕ ਬੱਚੇ ਦੀ ਬਲੈਕ ਕਲਰ ਦੇ ਵਿੱਚ ਤਸਵੀਰ ਬਣਾਈ ਹੁੰਦੀ ਹੈ ਤੇ ਥੱਲੇ ਰੱਖਿਆ ਹੁੰਦਾ ਹੈ ਹੌਲੀ ਚੱਲੋ ਅੱਗੇ ਸਕੂਲ ਹੈ ਤੇ ਉਹ ਲਾਜ਼ਮੀ ਚਿੰਨ ਆ ਇਹੋ ਜਿਹੇ ਚਿੰਨ ਨੂੰ ਦੇਖਣਾ ਤੇ ਇਹੋ ਜਿਹੇ ਚਿੰਨ ਜਿਹੜੇ ਰੋਡ ਤੇ ਲੱਗੇ ਹੁੰਦੇ ਆ ਪੂਰੇ ਗੋਲ ਚੱਕਰ ਦੇ ਵਿੱਚ ਬਣੇ ਹੁੰਦੇ ਆ ਪ੍ਰਸ਼ਨ ਨੰਬਰ 4 ਔਲੇ ਅਤੇ ਸੰਤਰੇ ਵਿੱਚ ਕਿਹੜਾ ਵਿਟਾਮਿਨ ਮੌਜੂਦ ਹੁੰਦਾ ਹੈ ਤਾਂ ਪਿਆਰੇ ਬੱਚੋ ਔਲੇ ਅਤੇ ਸੰਤਰੇ ਦੇ ਵਿੱਚ ਜਿਹੜਾ ਹੁੰਦਾ ਹੈ ਉਹ ਵਿਟਾਮਿਨ ਸੀ ਹੁੰਦਾ ਹੈ। ਪੰਜਵਾਂ ਪ੍ਰਸ਼ਨ ਪਿੰਡ ਦੀ ਪੰਚਾਇਤ ਦੇ ਮੁਖੀ ਨੂੰ ਕੀ ਕਹਿੰਦੇ ਹਨ? ਤਾਂ ਪਿਆਰੇ ਬੱਚੋ ਜਿਹੜਾ ਪਿੰਡ ਦੀ ਪੰਚਾਇਤ ਦਾ ਮੁਖੀ ਹੁੰਦਾ ਉਹਨੂੰ ਸਰਪੰਚ ਕਹਿੰਦੇ ਹਨ। ਅੱਗੇ ਆਓ ਬਜੀਏ। ਕੁਝ ਮਹੀਨਿਆਂ ਵਿੱਚ 30 ਅਤੇ ਕੁਝ ਮਹੀਨਿਆਂ ਵਿੱਚ 31 ਦਿਨ ਹੁੰਦੇ ਹਨ। ਸਾਲ ਦੇ ਕਿਹੜੇ ਮਹੀਨੇ ਵਿੱਚ 28 ਤਰੀਕ ਹੁੰਦੀ ਹੈ? ਤਾਂ ਪਿਆਰੇ ਬੱਚੋ ਇੱਥੇ ਬੱਚੇ ਜਿਹੜੇ ਸਮਝਣ ਚ ਕਿਤੇ ਨਾ ਕਿਤੇ ਕਨਫਿਊਜ਼ ਕਰ ਜਾਂਦੇ ਆ ਵੀ ਜਿਵੇਂ ਇੱਕ ਮਹੀਨੇ ਚ 30 ਦਿਨ ਇੱਕ ਚ 31 ਤੇ 28 ਦਿਨ ਸਮਝ ਕੇ ਕੀ ਆ ਫਰਵਰੀ ਮਹੀਨਾ ਕਹਿ ਦਿੰਦੇ ਆ ਪਰ ਇੱਥੇ ਉਹਨਾਂ ਨੇ ਕੀ ਕਿਹਾ ਕਿਹੜੇ ਮਹੀਨੇ ਵਿੱਚ 28 ਤਰੀਕ ਹੁੰਦੀ ਹੈ ਤਾਂ 28 ਤਰੀਕ ਤਾਂ ਹਰ ਮਹੀਨੇ ਵਿੱਚ ਹੀ ਆਉਂਦੀ ਹੈ ਤੇ ਇਹਦਾ ਆਨਸਰ ਆ ਗਿਆ ਹਰ ਮਹੀਨੇ ਵਿੱਚ ਅੱਗੇ ਵਰਡ ਫੋਰ ਪ੍ਰੈਕਟਿਸ ਅੱਜ ਦੇ ਜਿਹੜੇ ਇੰਗਲਿਸ਼ ਦੇ ਵਰਡ ਅੱਜ ਦੇ ਇੰਗਲਿਸ਼ ਦੇ ਵਰਡ ਪਹਿਲਾ ਵਰਡ ਹੈ ਐਨੀਮਲਸ A N I M A L S ਐਨੀਮਲਸ ਐਨੀਮਲਸ ਕੀ ਹੁੰਦੇ ਹੈ ਜਾਨਵਰ ਜਿਦਾ ਇੰਗਲਿਸ਼ ਦੇ ਵਿੱਚ ਆਪਾਂ ਕਿਹਨਾਂ ਨੇ ਅ ਐਨੀਮਲਸ ਨੇਮ ਜਿਹੜਾ ਰਾਈਟ ਕਰੋ ਦੂਸਰਾ ਹੈ ਟ੍ਰੈਕਟਰ T R A C T O R ਟ੍ਰੈਕਟਰ ਟ੍ਰੈਕਟਰ ਜਿਹੜਾ ਖੇਤਾਂ ਦੇ ਵਿੱਚ ਪਿੰਡਾਂ ਵਿੱਚ ਬੱਚਿਆਂ ਨੇ ਚਲਦੇ ਦੇਖੇ ਹੋਣੇ ਜਮੀਨ ਵਾਉਣ ਵਾਸਤੇ ਜਿਹੜਾ ਇਸਤੇਮਾਲ ਕੀਤੇ ਜਾਂਦੇ ਹੈ ਉਸ ਤੋਂ ਬਾਅਦ ਆ ਗਿਆ ਹਾਰਵੈਸਟਰ H A R V E S T E R ਹਾਰਵੈਸਟਰ ਹਾਰਵੈਸਟਰ ਕੀ ਹੁੰਦਾ ਹੈ ਵਾਢੀ ਜਿਵੇਂ ਹੁਣ ਖੇਤਾਂ ਦੇ ਵਿੱਚ ਕਣਕ ਹੈ ਜਾਂ ਇਸ ਤੋਂ ਪਹਿਲੇ ਝੋਨਾ ਸੀਗਾ ਉਹ ਜਦੋਂ ਪੱਕ ਜਾਂਦਾ ਉਹਨੂੰ ਜਦੋਂ ਵੱਢਿਆ ਜਾਂਦਾ ਉਹਨੂੰ ਕਹਿੰਦੇ ਆਪਾਂ ਵਾਢੀ ਕਰਨੀ ਇੰਗਲਿਸ਼ ਦੇ ਵਿੱਚ ਕਹਿੰਦੇ ਆ ਹਾਰਵੈਸਟਰ ਉਸ ਤੋਂ ਅੱਗੇ ਆ ਗਿਆ ਕ੍ਰੌਪਸ C R O P S ਕ੍ਰੌਪਸ ਕੀ ਲਿਆ ਫਸਲ ਜਿਹੜੀ ਖੇਤਾਂ ਦੇ ਵਿੱਚ ਫਸਲ ਹੁੰਦੀ ਹੈ ਕਿਸੇ ਵੀ ਚੀਜ਼ ਦੀ ਫਸਲ ਹੋਵੇ ਝੋਨਾ ਕਣਕ ਸਰੋਂ ਉਹਨੂੰ ਆਪਾਂ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਆ ਕ੍ਰੋਪਸ ਅੱਗੇ ਆ ਗਿਆ ਬਫੈਲੋ B U D O B F A L O ਬਫੈਲੋ ਬਫੈਲੋ ਇੰਗਲਿਸ਼ ਦੇ ਵਿੱਚ ਕਹਿੰਦੇ ਆ ਪੰਜਾਬੀ ਚ ਆਪਾਂ ਕਹਿੰਦੇ ਆ ਮੱਝ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਮੱਝਾਂ ਰੱਖੀਆਂ ਹੁੰਦੀਆਂ ਤੇ ਅੱਜ ਦੇ ਜਿਹੜੇ ਇਹ ਸਾਰੇ ਵਰਡ ਹੈਗੇ ਆ ਇਹ ਲਗਭਗ ਇੱਕ ਕਿਸਾਨ ਦੇ ਨਾਲ ਜਿਹੜੇ ਮੈਲ ਕੰਦੇ ਆ ਕਿਸਾਨ ਕੋਲ ਟਰੈਕਟਰ ਹੁੰਦਾ ਹੈ ਕਿਸਾਨ ਨੇ ਜਿਹੜੇ ਜਾਨਵਰ ਪਾਲੇ ਹੁੰਦੇ ਆ ਮੱਝਾਂ ਗਾਵਾਂ ਕਿਸਾਨ ਜਿਹੜੀ ਫਸਲ ਦੀ ਵਾਢੀ ਕਰਦਾ ਹੈ ਫਸਲ ਬੀਜਦਾ ਹੈ ਇਹ ਸਾਰੇ ਜਿਹੜੇ ਇੱਕ ਫਾਰਮਰ ਦੇ ਨਾਲ ਰਿਲੇਟਡ ਸ਼ਬਦ ਹੈਗੇ ਆ ਤੇ ਇਹ ਸੀਗੀ ਜਿਹੜੀ 1 ਫਰਵਰੀ ਦੀ ਮਾਰਨਿੰਗ ਸਲਾਈਡ ਸਾਰੇ ਬੱਚੇ ਜਿਹੜਾ ਮਾਰਨਿੰਗ ਸਲਾਈਡ ਨੂੰ ਆਪਣੀਆਂ ਆਪਣੀਆਂ ਕਾਪੀਆਂ ਤੇ ਜ਼ਰੂਰ ਨੋਟ ਡਾਉਨ ਕਰਿਆ ਕਰੋ ਹਰ ਰੋਜ਼ ਜਿਹੜੇ ਕੁਸ਼ਨ ਹੁੰਦੇ ਆ ਇਹਨਾਂ ਨੂੰ ਪੜਿਆ ਕਰੋ ਇਹਦੇ ਨਾਲ ਤੁਹਾਡੀ ਨੌਲੇਜ ਤੇ ਵਾਧਾ ਹੁੰਦਾ ਸਾਰੇ ਅਧਿਆਪਕ ਸਾਥੀਆਂ ਨੂੰ ਬੇਨਤੀ ਹੈ ਕਿ ਇਹ ਜਿਹੜੀ ਮਾਰਨਿੰਗ ਸਲਾਈਡ ਬੱਚਿਆਂ ਦੇ ਵਟਸਐਪ ਗਰੁੱਪ ਵਿੱਚ ਸ਼ੇਅਰ ਕਰਾਇਆ ਕਰੋ ਤਾਂ ਜੋ ਬੱਚੇ ਘਰ ਤੋਂ ਮਾਰਨਿੰਗ ਸਲਾਈਡ ਨੂੰ ਵਧੀਆ ਤਰੀਕੇ ਨਾਲ ਕਰਕੇ ਆਉਣ ਤੇ ਮਾਰਨਿੰਗ ਅਸੈਂਬਲੀ ਦੇ ਵਿੱਚ ਵੀ ਬੱਚਿਆਂ ਨੂੰ ਜਿਹੜੀ ਮਾਰਨਿੰਗ ਸਲਾਈਡ ਜਰੂਰ ਕਰਵਾਇਆ ਕਰੋ ਤੇ ਇਸ ਤੋਂ ਇਲਾਵਾ ਸਾਰਿਆਂ ਨੂੰ ਪਤਾ ਹੈ ਵੀ ਮਿਸ਼ਨ ਸਮਰੱਥ ਦੀ ਜਿਹੜੀ ਟੈਸਟਿੰਗ ਹੈ ਹੈਂਡਲਾਈਨ ਟੈਸਟਿੰਗ ਫਰਵਰੀ ਦੇ ਵਿੱਚ ਕੱਲ ਤੋਂ ਸਟਾਰਟ ਹੋਣੀ ਹੈ ਉਹਦੇ ਜਿਹੜੇ ਟੈਸਟਿੰਗ ਟੂਲ ਤੇ ਜਿਹੜੀ ਅਸੈਸਮੈਂਟ ਸ਼ੀਟ ਉਹ ਆਪਣੇ ਟੈਲੀਗ੍ਰam ਚੈਨਲ ਤੇ ਅਪਲੋਡ ਕਰ ਦਿੱਤੀ ਗਈ ਹੈ ਜਿਹੜੇ ਵਿਦਿਆਪਕ ਸਾਥੀਆਂ ਨੂੰ ਉਸ ਦੀ ਜ਼ਰੂਰਤ ਹੈ ਉਹ ਉੱਥੇ ਜਾ ਕੇ ਲੈ ਸਕਦੇ ਟੈਲੀਗ੍ਰam ਦਾ ਲਿੰਕ ਆਪਾਂ ਹਮੇਸ਼ਾ ਵੀਡੀਓ ਦੇ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿੰਨੇ ਆ ਤੇ ਉੱਥੇ ਜਾ ਕੇ ਟੈਲੀਗ੍ਰam ਜੁਆਇਨ ਕਰ ਲਿਓ ਤੇ ਉੱਥੇ ਸਾਰੇ ਜਿਹੜੇ ਟੈਸਟਿੰਗ ਟੂਲ ਪਲੱਸ ਜਿਹੜੀ ਮਿਸ਼ਨ ਸਮਰੱਥ ਦੀ ਜੋ ਵੀ ਹੈ ਅਸੈਸਮੈਂਟ ਸ਼ੀਟ ਉਹ ਜਿਹੜੀ ਉੱਥੇ ਅਪਲੋਡ ਕੀਤੀ ਗਈ ਹੈ ਉੱਥੋਂ ਤੁਸੀਂ ਜਾ ਕੇ ਦੇਖ ਸਕਦੇ ਹੋ ਥੈਂਕ ਯੂ